ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਐਂਤਨ ਚੈੱਕਪ ਦੀ ਲਿਖੀ ਕਹਾਣੀ ਗਰੀਸ਼ਾ ਇਸ ਕਹਾਣੀ ਦਾ ਪੰਜਾਬੀ ਅਨੁਵਾਦ ਚਰਨ ਗੱਲਣ ਨੇ ਕੀਤਾ ਹੈ ਅਤੇ ਆਵਾਜ਼ ਹੈ ਜਗਸੀਰ ਦੀ 2 ਸਾਲ ਤੇ 8 ਮਹੀਨੇ ਪਹਿਲਾਂ ਪੈਦਾ ਹੋਇਆ ਗਰੀਸ਼ਾ ਨਾਮ ਦਾ ਇੱਕ ਛੋਟਾ ਜਿਹਾ ਤੇ ਮੋਟਾ ਜਿਹਾ ਮੁੰਡਾ ਆਪਣੀ ਨਰਸ ਨਾਲ ਬਾਹਰ ਸੜਕ ਤੇ ਸੈਰ ਕਰ ਰਿਹਾ ਸੀ ਉਸ ਦੇ ਗਲੇ ਵਿੱਚ ਮਫਲਰ ਹੈ ਸਿਰ ਉੱਤੇ ਇੱਕ ਫੁੰਦੇ ਵਾਲੀ ਵੱਡੀ ਸਾਰੀ ਟੋਪੀ ਤੇ ਪੈਰਾਂ ਵਿੱਚ ਗਰਮ ਓਵਰਬੂਟ ਪੜੇ ਨਾ ਕਪੜਿਆਂ ਵਿੱਚ ਉਸਦਾ ਦਮ ਘੁੱਟ ਰਿਹਾ ਏ ਤੇ ਉਹਨੂੰ ਬੇहद ਗਰਮੀ ਲੱਗ ਰਹੀ ਏ ਅਪ੍ਰੈਲ ਦਾ ਸੂਰਜ ਬੜਾ ਤੇਜ਼ ਚਮਕ ਰਿਹਾ ਏ ਤੇ ਉਹਦੀ ਚਮਕ ਸਿੱਧੀ ਉਹਦੀਆਂ ਅੱਖਾਂ ਦੀਆਂ ਪਲਕਾਂ ਤੇ ਚੁਬ ਰਹੀ ਏ ਦਾਮਾਡੋਲ ਡਰਦੇ ਡਰਦੇ ਤੇ ਟੇਢੇ-ਵਿੰਗੇ ਕਦਮ ਪੁੱਟਦਾ ਨਿੱਕਾ ਜਿਹਾ ਗਰੀਸ਼ਾ ਚੱਲਦਾ ਜਾ ਰਿਹਾ ਏ ਕਿਸੇ ਵੀ ਨਿੱਕੀ ਜਿਹੀ ਚੀਜ਼ ਨੂੰ ਵੇਖ ਕੇ ਉਹ ਚਰਜ ਨਾਲ ਭਰ ਜਾਂਦਾ ਏ ਗਰੀਸ਼ਾ ਨੇ ਬਾਹਰ ਦੀ ਦੁਨੀਆ ਵਿੱਚ ਪਹਿਲੀ ਵਾਰ ਕਦਮ ਰੱਖਿਆ ਏ ਹੁਣ ਤੱਕ ਉਸ ਦੀ ਦੁਨੀਆ ਸਿਰਫ ਚਾਰ ਖੁੰਝਾਂ ਵਾਲੇ ਇੱਕ ਕਮਰੇ ਤੱਕ ਹੀ ਸੀਮਤ ਸੀ ਜਿੱਥੇ ਇੱਕ ਕੋਨੇ ਵਿੱਚ ਉਸਦਾ ਪੰਘੂੜਾ ਪਿਆ ਏ ਤੇ ਦੂਜੇ ਕੋਨੇ ਵਿੱਚ ਉਸ ਤੇ ਨਰਸ ਦਾ ਸੰਦੂਕ ਤੀਜੇ ਕੋਨੇ ਵਿੱਚ ਇੱਕ ਕੁਰਸੀ ਰੱਖੀ ਹੈ ਤੇ ਚੌਥੇ ਕੋਨੇ ਵਿੱਚ ਇੱਕ ਨਿੱਕਾ ਜਿਹਾ ਲੈਂਪ ਬਲਦਾ ਏ ਉਸਦੇ ਪੰਘੂੜੇ ਦੇ ਹੇਠਾਂ ਟੁੱਟੀ ਬਾਹਾਂ ਵਾਲੀ ਇੱਕ ਗੁੱਡੀ ਝਾਕ ਰਹੀ ਸੀ ਉੱਥੇ ਹੀ ਕੋਨੇ ਵਿੱਚ ਪੰਘੂੜੇ ਦੇ ਹੇਠਾਂ ਇੱਕ ਟੁੱਟਿਆ ਹੋਇਆ ਢੋਲ ਵਰਗਾ ਖੜਾਉਣਾ ਪਿਆ ਹੋਇਆ ਏ ਨਰਸ ਦੇ ਸੰਦੂਕ ਦੇ ਪਿੱਛੇ ਵੀ ਇੱਕ ਟੁੱਟਿਆ ਹੋਇਆ ਖੜਾਉਣਾ ਸੂਤੀ ਧਾਗੇ ਦੀ ਰੀਲ ਤੇ ਬਿਨਾ ਟੱਕਣ ਵਾਲੇ ਡੱਬੇ ਵਰਗੀਆਂ ਕਈ ਚੀਜ਼ਾਂ ਪਈਆਂ ਹੋਈਆਂ ਨੇ ਉਹ ਸਿਰਫ ਆਪਣੀ ਮਾਂ ਆਪਣੇ ਨਰਸ ਤੇ ਆਪਣੀ ਬਿੱਲੀ ਨੂੰ ਹੀ ਜਾਣਦਾ ਏ ਮਾਂ ਉਸ ਨੂੰ ਗੁੱਡੀ ਵਰਗੀ ਲੱਗਦੀ ਏ ਤੇ ਬਿੱਲੀ ਪਾਪਾ ਦੇ ਫਰਦ ਦੇ ਕੋਟ ਵਰਗੀ ਪਰ ਕੋਟ ਵਿੱਚ ਨਾ ਤਾਂ ਪੂਛ ਹੈ ਤੇ ਨਾ ਹੀ ਅੱਖਾਂ ਗਰੀਸ਼ਾ ਦੇ ਨਰਸਰੀ ਅਖਵਾਉਂਦੀ ਇਸ ਦੁਨੀਆ ਦਾ ਇੱਕ ਬੂਹਾ ਖੁੱਲੇ ਜਿਹੇ ਕਮਰੇ ਵਿੱਚ ਖੁੱਲਦਾ ਏ ਜਿੱਥੇ ਘਰ ਵਾਲੇ ਰੋਟੀ ਟੁਕ ਖਾਂਦੇ ਨੇ ਤੇ ਚਾਹ ਪੀਂਦੇ ਨੇ ਇਸ ਕਮਰੇ ਵਿੱਚ ਗਰੀਸ਼ਾ ਦੀ ਉੱਚੀ ਜਿਹੀ ਕੁਰਸੀ ਰੱਖੀ ਹੋਈ ਏ ਤੇ ਕਮਰੇ ਦੀ ਗੰਦ ਉੱਤੇ ਘੜੀ ਲੱਗੀ ਹੋਈ ਏ ਜਿਸ ਦਾ ਪੈਂਡੂਲਮ ਹਮੇਸ਼ਾ ਹਿਲਦਾ ਰਹਿੰਦਾ ਹੈ ਤੇ ਕਦੇ-ਕਦੇ ਇਹ ਘੜੀ ਘੰਟੀ ਵੀ ਵਜਾਉਂਦੀ ਹੈ। ਭੋਜਨ ਕਮਰੇ ਦੇ ਬਰਾਬਰ ਵਾਲਾ ਕਮਰਾ ਬੈਠਕ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਜਿਸ ਵਿੱਚ ਲਾਲ ਰੰਗ ਦੀਆਂ ਆਰਾਮ ਕੁਰਸੀਆਂ ਪਈਆਂ ਹੋਈਆਂ ਨੇ। ਬੈਠਕ ਵਿੱਚ ਵਿਚ ਹੀ ਕਲੀਨ ਉੱਤੇ ਇੱਕ ਗੂੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਪਾ ਗ੍ਰੀਸ਼ਾ ਲਈ ਬਸ ਇੱਕ ਪੁਜਾਰਦੇ ਨੇ ਗ੍ਰੀਸ਼ਾ ਦੀ ਮਾਂ ਤੇ ਨਰਸੀ ਉਸਦੇ ਕੱਪੜੇ ਪਾਉਂਦੀਆਂ ਨੇ ਖਾਣਾ ਖਵਾਉਂਦੀਆਂ ਨੇ ਤੇ ਸੌਂਹਦੀਆਂ ਨੇ ਪਰ ਇਹ ਪਾਪਾ ਕਿਸ ਲਈ ਹੁੰਦੇ ਨੇ ਇਹ ਗ੍ਰੀਸ਼ਾ ਨੂੰ ਨਹੀਂ ਪਤਾ ਗ੍ਰੀਸ਼ਾ ਲਈ ਇੱਕ ਹੋਰ ਪੁਜਾਰਤ ਵੀ ਹੈ ਉਹਦੀ ਆਂਟੀ ਉਹੀ ਆਂਟੀ ਜਿਸਨੇ ਉਹਨੂੰ ਉਹ ਢੋਲ ਤੋਹਫੇ ਚ ਦਿੱਤਾ ਸੀ ਇਹ ਆਂਟੀ ਕਦੇ-ਕਦਾਈਂ ਵਿਖਾਈ ਦਿੰਦੀ ਹੈ ਤੇ ਫਿਰ ਗਾਇਬ ਹੋ ਜਾਂਦੀ ਹੈ ਆਖਰ ਗਾਇਬ ਕਿੱਥੇ ਹੁੰਦੀ ਹੈ ਗਰੀਸ਼ਾ ਨੇ ਪਲੰਗ ਦੇ ਹੇਠਾਂ ਸੰਦੂਕ ਦੇ ਪਿੱਛੇ ਤੇ ਸੋਫੇ ਦੇ ਹੇਠਾਂ ਵੀ ਵੇਖ ਲਿਆ ਪਰ ਅੰਟੀ ਉਸ ਨੂੰ ਕਿਤੇ ਨਹੀਂ ਮਿਲੇ ਇਸ ਨਵੀਂ ਦੁਨੀਆ ਵਿੱਚ ਜਿੱਥੇ ਸੂਰਜ ਦੀ ਧੁੱਪ ਅੱਖਾਂ ਨੂੰ ਚੁਬ ਰਹੀ ਹੈ ਇੰਨੀਆਂ ਜ਼ਿਆਦਾ ਮਾਵਾ ਅਤੇ ਆਂਟੀਆਂ ਨੇ ਕਿ ਪਤਾ ਨਹੀਂ ਉਹ ਕਿਸ ਦੀ ਗੋਦ ਵਿੱਚ ਜਾਵੇ ਪਰ ਸਭ ਤੋਂ ਜੀਵ ਨੇ ਇਹ ਕੋੜੇ ਗਰੀਸ਼ਾ ਉਹਨਾਂ ਦੀਆਂ ਲੰਬੀਆਂ ਲੰਬੀਆਂ ਲੱਤਾਂ ਨੂੰ ਵੇਖ ਰਿਹਾ ਏ ਤੇ ਕੁਝ ਸਮਝ ਨਹੀਂ ਪਾ ਰਿਹਾ ਉਹ ਨਰਥ ਦੇ ਵੱਲ ਵੀ ਵੇਖਦਾ ਏ ਕਿ ਸ਼ਾਇਦ ਉਹ ਉਹਨੂੰ ਕੁਝ ਦੱਸੇਗੀ ਪਰ ਨਰਸ ਵਿੱਚੁੱਪ ਹੈ ਅਚਾਨਕ ਕਦਮਾਂ ਦੀ ਭਾਰੀ-ਭਾਰੀ ਤੇ ਡਰਾਉਣੀ ਆਵਾਜ਼ ਸੁਣਾਈ ਪੈਂਦੀ ਹੈ ਸੜਕ ਉੱਤੇ ਲਾਲ ਚਿਹਰੇ ਵਾਲੇ ਸਿਪਾਯਾਂ ਦਾ ਇੱਕ ਦਸਤਾ ਵਿਖਾਈ ਦਿੰਦਾ ਹੈ ਜੋ ਹੌਲੀ-ਹੌਲੀ ਉਸ ਦੇ ਵੱਲ ਵੱਧ ਰਿਹਾ ਹੈ ਸਿਪਾਯਾਂ ਦੇ ਹੱਥਾਂ ਵਿੱਚ ਤੌਲੀਏ ਫੜੇ ਹੋਏ ਨੇ ਉਹ ਸ਼ਾਇਦ ਨਹਾ ਕੇ ਆਏ ਨੇ ਗ੍ਰੀਸ਼ਾ ਉਹਨਾਂ ਨੂੰ ਵੇਖ ਕੇ ਡਰ ਗਿਆ ਤੇ ਕੰਬਣ ਲੱਗ ਗਿਆ ਉਸ ਨੇ ਨਰਸ ਵੱਲ ਸਵਾਲੀਆ ਨਿਗਾਹ ਨਾਲ ਵੇਖਿਆ ਕਿਤੇ ਕੋਈ ਖਤਰਾ ਤਾਂ ਨਹੀਂ ਹੈ ਪਰ ਨਰਸ ਨਹੀਂ ਡਰੇ ਗਰੀਸ਼ਾ ਨੇ ਸਪੰਜਾਂ ਨੂੰ ਅੱਖਾਂ ਹੀ ਅੱਖਾਂ ਵਿੱਚ ਵੇਖਾ ਕੀਤਾ ਅਤੇ ਉਹਨਾਂ ਦੀ ਤਰ੍ਹਾਂ ਕਦਮ ਤਾਲ ਕਰਨ ਲੱਗਾ। ਸੜਕ ਦੇ ਉਸ ਪਾਰ ਲੰਬੀਆਂ ਬੂਥੀਆਂ ਵਾਲੀਆਂ ਦੋ ਬਿੱਲੀਆਂ ਇੱਕ ਦੂਜੇ ਦੇ ਪਿੱਛੇ ਭੱਜ ਰਹੀਆਂ ਸਨ। ਉਹਨਾਂ ਦੀਆਂ ਜੀਭਾਂ ਬਾਹਰੋਂ ਨਿਕਲੀਆਂ ਹੋਈਆਂ ਸੀ ਤੇ ਪੂਛਾਂ ਉਤਾਣੂ ਖੜੀਆਂ ਹੋਈਆਂ। ਗਰੀਸ਼ਾ ਸੋਚਦਾ ਕਿਉਂ ਨਹੀਂ ਵੀ ਭੱਜਣਾ ਚਾਹੀਦਾ। ਤੇ ਉਹ ਬਿੱਲੀਆਂ ਦੇ ਪਿੱਛੇ ਦੌੜਨ ਲੱਗਦਾ ਹੈ। ਰੁਕ ਰੁਕ ਗਰੀਸ਼ਾ। ਉਦੋਂ ਹੀ ਨਰਸ ਨੇ ਉਸਨੂੰ ਮੋਢਾ ਤੋਂ ਫੜਦਿਆ ਚੀਖ ਕੇ ਕਿਹਾ ਕਿੱਥੇ ਜਾ ਰਿਹਾ? ਤੈਨੂੰ ਕਿਹਾ ਸੀ ਨਾ ਸ਼ਰਾਰਤ ਨਹੀਂ ਕਰਨੀ ਉੱਥੇ ਹੀ ਸੜਕ ਉੱਤੇ ਕੁੜਦ ਟੋਕਰੀ ਵਿੱਚ ਸੰਤਰੇ ਲੈ ਕੇ ਬੈਠੀ ਸੀ ਉਸ ਦੇ ਕੋਲੋਂ ਲੰਘਦੇ ਹੋਏ ਗਰੀਸ਼ਾ ਨੇ ਚੁੱਪਚਾਪ ਇੱਕ ਸੰਤਰਾ ਚੁੱਕ ਲਿਆ ਇਹ ਕੀ ਬਤਮੀਜ਼ੀ ਹੈ ਨਰ ਸੁਸਤੇ ਚਿਲਾਈ ਤੇ ਉਸ ਦੇ ਹੱਥ ਉੱਤੇ ਮਾਰ ਕੇ ਸੰਤਰਾ ਉਸ ਤੋਂ ਖੋ ਲਿਆ ਤੂੰ ਇਹ ਸੰਤਰਾ ਕਿੱਥੇ ਚੁੱਕਿਆ ਉਹ ਦੋਹੀ ਗਰੀਸ਼ਾ ਦੀ ਨਜ਼ਰ ਕੱਚ ਦੇ ਇੱਕ ਟੁਕੜੇ ਉੱਤੇ ਪੈਂਦੀ ਹੈ ਜੋ ਬਲਦੀ ਹੋਈ ਮੋਮਬਤੀ ਵਾਂਗ ਚਮਕ ਰਿਹਾ ਏ ਉਹ ਉਸ ਕੱਚ ਨੂੰ ਵੀ ਚੁੱਕਣਾ ਚਾਹੁੰਦਾ ਏ ਪਰ ਡਰਦਾ ਏ ਕਿ ਉਸ ਨੂੰ ਫਿਰ ਮਾਰ ਪੈ ਸਕਦੀ ਹੈ। ਨਮਸਕਾਰ ਭੈਣ ਜੀ। ਅਚਾਨਕ ਗਰੀਸ਼ਾ ਨੂੰ ਕੋਈ ਭਾਰੀ ਜਿਹੀ ਆਵਾਜ਼ ਸੁਣਾਈ ਦਿੰਦੀ ਹੈ। ਉਸਨੇ ਵੇਖਿਆ ਕਿ ਇੱਕ ਭਾਰੀ ਡੀਲਡੋਲ ਵਾਲਾ ਇੱਕ ਆਦਮੀ ਉਹਨਾਂ ਵੱਲ ਆ ਰਿਹਾ ਹੈ। ਜਿਸ ਦੇ ਕੋਟ ਦੇ ਬਟਨ ਚਮਕ ਰਹੇ ਨੇ। ਉਸ ਆਦਮੀ ਨੇ ਕੋਲ ਆ ਕੇ ਨਰਸ ਨਾਲ ਹੱਥ ਮਿਲਾਇਆ ਤੇ ਉੱਥੇ ਖੜਾ ਗੱਲਾਂ ਕਰਨ ਲੱਗ ਪਿਆ। ਗਰੀਸ਼ਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਸੂਰਜ ਦੀ ਧੁੱਪ, ਬੱਗੀਆਂ ਦਾ ਰੌਲਾ ਕੋੜਾਂ ਦੇ ਦੌੜਨ ਦੀ ਆਵਾਜ਼ਾਂ ਤੇ ਚਮਕੀਲੇ ਬਟਨ ਇਹ ਸਭ ਕੁਝ ਦੇਖ ਕੇ ਉਹ ਬੇਹੱਦ ਖੁਸ਼ ਹੋ ਗਿਆ ਇਹ ਸਭ ਨਜ਼ਾਰੇ ਗਰੀਸ਼ਾ ਲਈ ਨਵੇਂ ਨੇ ਤੋ ਦਾ ਮਨ ਖੁਸ਼ੀ ਨਾਲ ਭਰ ਗਿਆ ਉਹ ਜ਼ੋਰ-ਜ਼ੋਰ ਨਾਲ ਹੱਸਦਾ ਹੈ ਚਲੋ ਚਲੋ ਉਸ ਚਮਕੀਲੇ ਬਟਨਾ ਵਾਲੇ ਆਦਮੀ ਦੇ ਕੋਟ ਦਾ ਇੱਕ ਪੱਲਾ ਫੜ ਕੇ ਗਰੀਸ਼ਾ ਚੀਖਦਾ ਹੈ ਕਿੱਥੇ ਚਲੀਏ ਉਹ ਆਦਮੀ ਨੂੰ ਪੁੱਛਦਾ ਹੈ ਚਲੋ ਗਰੀਸ਼ਾ ਨੇ ਫਿਰ ਜ਼ੋਰ ਨਾਲ ਕਿਹਾ ਅਸਲ 'ਚ ਉਹ ਕਹਿਣਾ ਚਾਹੁੰਦਾ ਹੈ ਕਿ ਕਿੰਨਾ ਚੰਗਾ ਹੋਵੇ ਜੇ ਕਿ ਆਪਣੇ ਮੰਮੀ ਪਾਪਾ ਤੇ ਬਿੱਲੀ ਨੂੰ ਵੀ ਨਾਲ ਲੈ ਆਈਏ ਪਰ ਉਸ ਨੂੰ ਅਜੇ ਚੰਗੀ ਤਰ੍ਹਾਂ ਬੋਲਣਾ ਨਹੀਂ ਆਉਂਦਾ ਕੁਝ ਦਿਨ ਬਾਅਦ ਨਰਸ ਸੜਕ ਤੋਂ ਗਰੀਸ਼ਾ ਨੂੰ ਲੈ ਕੇ ਇੱਕ ਇਮਾਰਤ ਦੇ ਆਹਾਤੇ ਵਿੱਚ ਚਲੀ ਗਈ ਆਹਾਤੇ ਵਿੱਚ برف ਅਜੇ ਵੀ ਪਈ ਹੋਈ ਹੈ ਚਮਕੀਲੇ ਬਟਨਾ ਵਾਲਾ ਉਹ ਆਦਮੀ ਵੀ ਉਹਨਾਂ ਦੇ ਪਿੱਛੇ-ਪਿੱਛੇ ਆ ਰਿਹਾ ਹੈ برف ਦੇ ਢੇਰਾਂ ਤੇ ਆਹਾਤੇ ਵਿੱਚ ਜਮਾ ਹੋਏ ਪਾਣੀ ਦੇ ਚਲਿਆਂ ਨੂੰ ਬੜੇ ਇਤਿਹਾਰ ਨਾਲ ਪਿਆਰ ਕਰਦੇ ਹੋਏ ਉਹ ਇਮਾਰਤ ਦੀਆਂ ਗੰਦੀਆਂ ਤੇ ਹਨੇਰੀਆਂ ਪੌੜੀਆਂ ਉੱਤੇ ਚੜ ਕੇ ਇੱਕ ਕਮਰੇ ਵਿੱਚ ਪਹੁੰਚ ਗਏ ਕਮਰੇ ਵਿੱਚ ਧੂਆ ਹੀ ਧੂਆ ਹੈ ਭੁੰਨੇ ਹੋਏ ਮੀਟ ਦੀ ਗੰਧ ਆ ਰਹੀ ਹੈ ਗਰੀਸ਼ਾ ਵੇਖਦਾ ਹੈ ਕਿ ਅੰਗੇਠੀ ਦੇ ਕੋਲ ਖੜੀ ਇੱਕ ਕੁੱਕ ਟਿੱਕੀਆਂ ਬਣਾ ਰਹੀ ਹੈ ਕੁੱਕ ਅਤੇ ਨਰਸ ਇੱਕ ਦੂਜੇ ਨੂੰ ਗਲੇ ਮਿਲੀਆਂ ਤੇ ਉਸ ਆਦਮੀ ਨਾਲ ਉੱਥੇ ਹੀ ਬੈਂਚ ਤੇ ਬੈਠ ਗਈਆਂ ਤੇ ਗੱਲਾਂ ਕਰਨ ਲੱਗ ਪਈਆਂ ਗਰਮ ਕੱਪੜਾ ਨਾਲ ਲੱਦੇ ਗਰੀਸ਼ਾ ਨੂੰ ਗਰਮੀ ਲੱਗਦੀ ਹੈ ਉਸਨੇ ਆਪਣੇ ਆਲੇ ਦੁਆਲੇ ਵੇਖਿਆ ਤੇ ਸੋਚਿਆ ਕਿ ਇੰਨੀ ਗਰਮੀ ਕਿਉਂ ਹੈ ਫਿਰ ਕੁਝ ਦੇਰ ਲਈ ਹੋਰ ਸੋਈ ਦੀ ਕਾਲੀ ਹੋ ਗਈ ਛੱਤ ਨੂੰ ਵੇਖਦਾ ਰਿਹਾ ਤੇ ਫਿਰ ਤੰਦੂਰ ਵਾਲੇ ਚਿਮਟੇ ਤੇ ਫਿਰ ਕਾਲੇ ਛੇਕ ਵਰਗੇ ਲੱਗਦੇ ਅੰਗੀਠੀ ਵਾਲੇ ਵੇਖਣ ਲੱਗ ਪਿਆ ਮੰਮੀ ਓਏ ਓਏ ਠਹਿਰ ਠਹਿਰ ਜਾ ਨਰਸ ਚੀਖ ਕੇ ਉਸ ਨੂੰ ਕਹਿੰਦੀ ਹੈ ਠਹਿਰ ਜਾ ਥੋੜਾ ਚਿਰ ਉਦੋਂ ਤੱਕ ਕੁੱਕ ਨੇ ਸ਼ਰਾਬ ਦੀ ਇੱਕ ਬੋਤਲ ਤਿੰਨ ਕੱਚ ਦੀਆਂ ਗਲਾਸੀਆਂ ਤੇ ਟਿੱਕੀਆਂ ਦੀ ਪਲੇਟ ਮੇਜ਼ ਤੇ ਰੱਖ ਦਿੱਤੀ ਦੋਨੋਂ ਔਰਤਾਂ ਤੇ ਚਮਕੀਲੇ ਬੜਨਾਂ ਵਾਲਾ ਆਦਮੀ ਆਪਣੇ ਆਪਣੇ ਜਾਮ ਚੁੱਕ ਕੇ ਟਕਰੌਂਦੇ ਤੇ ਪੀਣ ਲੱਗ ਜਾਂਦੇ ਨੇ ਉਸ ਦੇ ਬਾਅਦ ਉਹ ਆਦਮੀ ਪਹਿਲਾਂ ਕੁੱਕ ਨੂੰ ਤੇ ਫਿਰ ਨਰਤ ਨੂੰ ਆਪਣੇ ਘਲਾਵੇ ਵਿੱਚ ਲੈ ਲੈਂਦਾ ਏ। ਸਿਤਨੋ ਹੌਲੀ ਜਿਹੇ ਬਾਦ ਵਿੱਚ ਕੋਈ ਗੀਤ ਗਾਉਣ ਲੱਗੇ। ਗਰੀਸ਼ਾ ਆਪਣਾ ਇੱਕ ਹੱਥ ਟਿੱਕੀਆਂ ਦੀ ਪਲੇਟ ਵੱਲ ਵਧਾਉਂਦਾ ਏ। ਨਰਸ ਇੱਕ ਟਿੱਕੀ ਦਾ ਟੁਕੜਾ ਤੋੜ ਕੇ ਗਰੀਸ਼ਾ ਨੂੰ ਫੜਾਉਂਦੀ ਏ। ਗਰੀਸ਼ਾ ਟਿੱਕੀ ਖਾਣ ਲੱਗਿਆ। ਉਦੋਂ ਵੇਖਦਾ ਕਿ ਨਰਸ ਤਾਂ ਕੁਝ ਪੀ ਵੀ ਨਹੀਂ ਰਹੀ ਐ। ਉਸ ਦਾ ਵੀ ਪੀਣ ਨੂੰ ਮਨ ਕਰ ਆਇਆ। ਮੈਨੂੰ ਵੀ ਥੋੜੀ ਜਿਹੀ ਦਿਓ। ਉਹਨਾਂ ਅਰਸ ਕੋਲੋਂ ਮੰਗਦਾ ਏ। ਕੁੱਕ ਆਪਣੇ ਜਾਮ ਵਿੱਚੋਂ ਉਸਨੂੰ ਇੱਕ ਚੁਸਕੀ ਪਰਨ ਦਿੰਦੀ ਏ। ਪਰ ਚੁਸਕੀ ਪਰਨ ਦੇ ਬਾਅਦ ਉਹ ਬਹੁਤ ਭੈੜਾ ਜਿਹਾ ਮੂੰਹ ਬਣਾਉਂਦਾ ਏ ਤੇ ਘੂਰ ਘੂਰ ਕੇ ਸਭ ਵੱਲ ਵੇਖਣ ਲੱਗ ਜਾਂਦਾ ਏ। ਫਿਰ ਉਹ ਹੌਲੀ ਜੇ ਖੰਗਦਾ ਤੇ ਜ਼ੋਰ-ਜ਼ੋਰ ਨਾਲ ਆਪਣੇ ਹੱਥੇ ਲਾਉਣ ਲੱਗ ਜਾਂਦਾ ਏ। ਕੁੱਕ ਉਸਨੂੰ ਵੇਖ ਕੇ ਹੱਸਣ ਲੱਗ ਜਾਂਦੀ ਏ। ਵਾਪਸ ਆਪਣੇ ਘਰ ਪਰਤ ਕੇ ਗਰੀਸ਼ ਆਪਣੀ ਮਾਂ ਨੂੰ, ਕੰਧਾ ਨੂੰ ਤੇ ਆਪਣੇ ਭੰਗੂੜੇ ਨੂੰ ਇਹ ਦੱਸਣ ਲੱਗਦਾ ਏ ਕਿ ਉਹ ਅੱਜ ਕਿੱਥੇ-ਕਿੱਥੇ ਗਿਆ ਸੀ। ਤੇ ਉਹਨੇ ਕੀ ਕੀ ਵੇਖਿਆ ਇਸ ਦੇ ਲਈ ਉਹ ਸਿਰਫ ਆਪਣੀ ਜੀਬ ਦੀ ਹੀ ਵਰਤੋਂ ਨਹੀਂ ਕਰਦਾ ਸਗੋਂ ਆਪਣੇ ਚਿਹਰੇ ਦੇ ਹਾ ਭਾਵਾ ਤੇ ਹੱਥਾਂ ਨੂੰ ਵੀ ਵਰਤਦਾ ਏ ਉਹ ਦਿਖਾਉਂਦਾ ਹੈ ਕਿ ਸੂਰਜ ਕਿਵੇਂ ਚਮਕ ਰਿਹਾ ਸੀ ਕੋੜੇ ਕਿਵੇਂ ਭੱਜ ਰਹੇ ਸਨ ਅੰਗੀਠੀ ਕਿਵੇਂ ਬਲ ਰਹੀ ਸੀ ਤੇ ਕੁੱਕ ਕਿਵੇਂ ਪੀ ਰਹੀ ਸੀ ਫਿਰ ਸ਼ਾਮ ਨੂੰ ਉਸ ਨੂੰ ਨੀਂਦ ਨਹੀਂ ਆਉਂਦੀ ਲਾਲ ਚਿਹਰੇ ਵਾਲੇ ਸਿਪਾਈ ਵੱਡੀਆਂ-ਵੱਡੀਆਂ ਬਿੱਲੀਆਂ ਕੋੜੇ ਕੱਚ ਦਾ ਚਮਕਦਾ ਹੋਇਆ ਟੁਕੜਾ ਸੰਤਰੀਆਂ ਦੀ ਟੋਕਰੀ ਚਮਕੀਲੇ ਬਟਨ ਇਹ ਸਾਰੀਆਂ ਚੀਜ਼ਾਂ ਗੱਡਮੱਡ ਹੋ ਗਏ ਉਸਦੇ ਦਿਮਾਗ ਵਿੱਚ ਚੱਕਰ ਤੇ ਚੱਕਰ ਘਟ ਰਹੀਆਂ ਨੇ ਉਹ ਪਾਸੇ ਬਦਲਦਾ ਏ ਤੇ ਆਪਣੇ ਪੰਘੂੜੇ ਉੱਤੇ ਹੀ ਇੱਕ ਕੋਨੇ ਤੋਂ ਦੂਜੇ ਕੋਨੇ ਵੱਲ ਰਿੜਨ ਲੱਗ ਜਾਂਦਾ ਏ ਤੇ ਆਖਰ ਆਪਣੀ ਤੇਜਨਾ ਬਰਦਾਸ਼ਤ ਨਾ ਕਰ ਸਕਣ ਕਰਕੇ ਰੋਣ ਲੱਗ ਜਾਂਦਾ ਏ ਓਹੋ ਤਿੰਤਾ ਬੁਖਾਰ ਹੋ ਗਿਆ ਮਾਂ ਉਹਦੇ ਹੱਥ ਛੂਕੇ ਕਹਿੰਦੀ ਏ ਇਹ ਬੁਖਾਰ ਕਿਵੇਂ ਹੋ ਗਿਆ ਅੰਗੀਠੀ ਗਰੀਸ਼ਾ ਰੋ ਰਿਹਾ ਏ ਤੇ ਚੀਖ ਰਿਹਾ ਏ ਅੰਗੀਠੀ ਅੰਗੀਠੀ ਜਾਂਗੀਠੀ ਅੰਗੀਠੀ ਜਾਂ ਦਫਾ ਹੋ ਜਾ ਮਾਂ ਸੋਚਦੀ ਹੈ ਕਿ ਸ਼ਾਇਦ ਇਸਨੇ ਅੱਜ ਜ਼ਰੂਰਤ ਨਾਲੋਂ ਜ਼ਿਆਦਾ ਖਾ ਲਿਆ ਹੈ ਤੇ ਗਰੀਸ਼ਾ ਨੂੰ ਜੋ ਨਵੇਂ ਨਜ਼ਾਰਿਆਂ ਦੇ ਪ੍ਰਭਾਵ ਸਦਕਾ ਉਤੇਜਿਤ ਸੀ ਉਸ ਨੂੰ ਦਵਾਈ ਦੇਣ ਲੱਗ ਜਾਂਦੀ ਹੈ ਦੋਸਤੋ ਤੁਸੀਂ ਸੁਣ ਰਹੇ ਸੀ ਪ੍ਰਸਿੱਧ ਰੂਸੀ ਲੇਖਕ ਐਂਤਨ ਚੇਖੋਵ ਦੇ ਲਿਖੀ ਕਹਾਣੀ ਗਰੀਸ਼ਾ ਇਸ ਕਹਾਣੀ ਦਾ ਅਨੁਵਾਦ ਚਰਨ ਗਿਲਜੀ ਨੇ ਕੀਤਾ ਹੈ ਤੇਵਾਦ ਜਗਸੀਰ ਦੀ